ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇਹ ਦੂਰਦਰਸ਼ਤਾ ਸੀ ਕਿ ਉਹਨਾਂ ਨੇ ਇਹ ਸੋਚਿਆ ਕਿ ਪੰਜਾਬ ਵਿੱਚ ਹੈਲਥ ਸਾਇੰਸ ਦੀ ਯੂਨੀਵਰਸਿਟੀ ਹੋਣੀ ਚਾਹੀਦੀ। ਯੂਨੀਵਰਸਿਟੀ ਨੇ 2006 ਵਿੱਚ ਟੇਕ ਓਵਰ ਕੀਤਾ ਅਤੇ ਉਸ ਤੋਂ ਬਾਅਦ ਇਸ ਕਾਲਜ ਨੇ ਬਹੁਤ ਡਿਵੈਲਪਮੈਂਟ ਦੇਖੀ ਹੈ ਜੋ ਤੁਹਾਡੇ ਸਾਹਮਣੇ ਹੈ। ਸਾਡੇ ਕੋਲ ਹਰ ਤਰ੍ਹਾਂ ਦੀ ਸਹੂਲਤ ਸਰਕਾਰ ਨੇ ਦਿੱਤੀ ਹੋਈ ਹੈ। ਲੈਕਚਰ ਥੀਏਟਰ ਸਾਰੇ ਫੁੱਲੀ ਇਕਵਿਪਡ ਹੈ, ਏਅਰ ਕੰਡੀਸ਼ਨ ਲੈਕਚਰ ਥੀਏਟਰਸ ਨੇ, ਉਹ ਮਾਡਰਨ ਟੈਕਨੀਕਸ ਨਾਲ ਸਾਨੂੰ ਪੜ੍ਹਾਉਂਦੇ ਆ, ਫੋਰ ਐਗਜ਼ਾਮਪਲ ਆਡੀਓ ਵਿਜ਼ੂਅਲ ਟੈਕਨੀਕਸ ਨੇ। ਮੈਨੂੰ ਲੱਗਦਾ ਹੈ ਕਿ ਇਹ ਹਰ ਫੈਸਿਲਿਟੀਜ਼ ਦੇ ਮਾਮਲੇ ਦੇ ਵਿੱਚ ਬਾਕੀਆਂ ਨਾਲੋਂ ਬਹੁਤ ਬੈਟਰ ਹੈ। ਲੇਟੈਸਟ ਆਟੋਮੇਟਡ ਇੰਸਟਰੂਮੈਂਟ ਇੰਸਟਾਲ ਨੇ ਇਸ ਕਾਲਜ ਦੀਆਂ ਲੈਬਾਂ ਦੇ ਵਿੱਚ। ਸਾਡੇ ਕਾਫੀ ਸਾਰੇ ਬੱਚੇ ਨੇ ਜਿਹੜੇ ਡਿਫਰੈਂਟ ਕੰਟਰੀਜ਼ ਦੇ ਵਿੱਚ, ਅਮੈਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਉੱਥੇ ਅੱਛੇ ਸੈਟਲ ਨੇ। ਜਦੋਂ ਵੀ ਮੈਂ ਆਪਣੇ ਸੀਨੀਅਰਸ ਨੂੰ ਕੰਸਲਟ ਕੀਤਾ, ਆਪਣੇ ਟੀਚਰਸ ਨੂੰ ਕੰਸਲਟ ਕੀਤਾ, ਉਹਨਾਂ ਨੇ ਮੈਨੂੰ ਇਹੀ ਰਾਏ ਦਿੱਤੀ ਕਿ ਤੁਸੀਂ ਇੱਥੇ ਆਓ ਕਿਉਂਕਿ ਇੱਥੇ ਬਾਕੀਆਂ ਨਾਲੋਂ ਬੈਟਰ ਆ। ਮੈਨੂੰ ਫਰੀਦਕੋਟ ਦੇ ਸਟੂਡੈਂਟ ਹੋਣ ਦਾ ਮਾਣ ਆ। ਮੈਨੂੰ ਫਰੀਦਕੋਟ ਦੀ ਸਟੂਡੈਂਟ ਹੋਣ 'ਤੇ ਬੜਾ ਮਾਣ ਹੈ। ਮੈਨੂੰ ਫਰੀਦਕੋਟ ਦਾ ਸਟੂਡੈਂਟ ਹੋਣ 'ਤੇ ਮਾਣ ਹੈ। ਮੈਨੂੰ ਫਰੀਦਕੋਟ ਦੀ ਸਟੂਡੈਂਟ ਹੋਣ ਦਾ ਮਾਣ ਹੈ। ਮੈਨੂੰ ਫਰੀਦਕੋਟ ਦੇ ਸਟੂਡੈਂਟ ਹੋਣ ਦਾ ਮਾਣ ਹੈ। ਮੈਨੂੰ ਫਰੀਦਕੋਟ ਦੇ ਸਟੂਡੈਂਟ ਹੋਣ ਦਾ ਮਾਣ ਹੈ।